ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਕਾਫੀ ਬੁਰੇ ਦੌਰ ਚੋਂ ਗੁਜ਼ਰ ਰਹੀ ਹੈ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਜਿਸ ਧਰਤੀ ਨੇ ਸਮੇਂ-ਸਮੇਂ ਲੜਾਕੇ ਯੋਧੇ ਪੈਦਾ ਕੀਤੇ, ਅੱਜ ਉਸੇ ਧਰਤੀ ਦੇ ਨੌਜਵਾਨ ਨਸ਼ਿਆਂ ਵਿੱਚ ਫਸਦੇ ਜਾ ਰਹੇ ਹਨ। ਐਸੇ ਹਾਲਾਤਾਂ ਵਿੱਚ ਖੁਸ਼ਹਾਲ ਪੰਜਾਬ ਦਾ ਸੁਪਨਾ ਲੈਣਾ ਵੀ ਮੁਸ਼ਕਲ ਜਾਪਦਾ ਹੈ। ਪਰ ਜਦੋਂ ਨਿਗਾਹ ਬੈਂਸ ਭਰਾਵਾਂ ਵੱਲ ਜਾਂਦੀ ਹੈ ਤਾਂ ਇੱਕ ਉਮੀਦ ਬਣਦੀ ਹੈ ਕਿ ਪੰਜਾਬ ਦੀ ਧਰਤੀ ਨੇ ਯੋਧੇ ਜੰਮਣੇ ਬੰਦ ਨਹੀਂ ਕੀਤੇ। ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ, ਜੋ ਬੈਂਸ ਬ੍ਰਦਰ ਦੇ ਨਾਮ ਨਾਲ ਪੂਰੇ ਪੰਜਾਬ ਵਿੱਚ ਨਹੀਂ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਵਿੱਚ ਮਸ਼ਹੂਰ ਹਨ, ਦੋਵੇਂ ਭਰਾਵਾਂ ਦੇ ਜੀਵਨ ਦਾ ਟੀਚਾ ਹੈ ਆਮ ਜਨਤਾ ਦੇ ਹਿੱਤਾਂ ਲਈ ਲੜਨਾ। ਭਾਵੇਂ ਲੜਾਈ ਭ੍ਰਿਸ਼ਟਾਚਾਰ ਦੇ ਖਿਲਾਫ ਹੋਵੇ, ਚਾਹੇ ਆਮ ਜਨਤਾ ਦਾ ਕੋਈ ਹੋਰ ਮੁੱਦਾ ਹੋਵੇ, ਬੈਂਸ ਭਰਾ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ। ਮੈਂ ਅੱਜ ਤੁਹਾਨੂੰ ਇੱਕ ਸ਼ਖਸ ਬਾਰੇ ਗੱਲ ਕਰਨ ਜਾ ਰਿਹਾ ਜਿਹਦਾ ਨਾਂ ਹੈ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ, ਬੈਂਸ ਭਰਾ। ਪੰਜਾਬ ਦੀ ਗੰਦਲੀ ਰਾਜਨੀਤੀ ਦੇ ਵਿੱਚ ਇੱਕ ਉੱਭਰਦੇ ਹੋਏ ਸਿਤਾਰੇ ਦੇ ਰੂਪ ਦੇ ਵਿੱਚ ਬਾਹਰ ਨਿਕਲੇ, ਜਿਹੜੇ ਕਿ ਅੱਜ ਕਰਪਸ਼ਨ ਦੇ ਕਾਲ ਦੇ ਰੂਪ 'ਚ ਜਾਣੇ ਜਾਂਦੇ ਨੇ। ਪਾਣੀ ਬਚਾਓ, ਪੰਜਾਬ ਬਚਾਓ, ਧੀਆਂ ਬਚਾਓ, ਮੈਂ ਆਖਦਾ ਚੰਗੇ ਇਨਸਾਨ ਬਚਾਓ। ਚੰਗਾ ਇਨਸਾਨ ਕੌਣ ਆ? ਪਿੰਡਾਂ ਵਾਲੀ ਭਾਸ਼ਾ 'ਚ ਜਦੋਂ ਸਾਨੂੰ ਸਰਕਾਰੀ ਦਰਬਾਰੇ ਮੁਸੀਬਤ ਪੈਂਦੀ ਹੈ, ਸਭ ਤੋਂ ਪਹਿਲਾਂ ਕਿਹੜਾ ਨਾਮ ਯਾਦ ਆਉਂਦਾ? ਉਹ ਬੈਂਸ ਭਰਾ। ਅੱਜ ਮੈਂ ਜ਼ਿਕਰ ਕਰ ਰਿਹਾ ਸਰਦਾਰ ਸਿਮਰਜੀਤ ਸਿੰਘ ਬੈਂਸ, ਜੋ ਕਿ ਕਿਸੇ ਮੁਹਤਾਜ ਹੀ ਨਹੀਂ ਹੈਗੇ, ਮੇਰੇ ਕੋਲ ਉਹਨਾਂ ਦੇ ਲਈ ਵਰਡਸ ਨਹੀਂ ਆ ਵੀ ਮੈਂ ਉਹਨਾਂ ਨੂੰ ਬਿਆਨ ਕਰ ਸਕਾਂ। ਦੇਖੋ, ਸਮਕਾਲੀ ਰਾਜਨੀਤੀ ਦੇ ਵਿੱਚ ਬਹੁਤ ਵੱਡੇ ਵੱਡੇ ਪੋਲੀਟੀਕਲ ਆਗੂ ਹੋਏ ਨੇ। ਡਾਕਟਰ ਮਨਮੋਹਨ ਸਿੰਘ ਇੱਕ ਬਹੁਤ ਵੱਡੇ ਲੀਡਰ ਬਣੇ ਨੇ, ਅਟਲ ਬਿਹਾਰੀ ਵਾਜਪੇਈ ਹੈ, ਨਰਿੰਦਰ ਮੋਦੀ ਵੀ ਇੱਕ ਵੱਡੇ ਲੀਡਰ ਨੇ, ਅਰਵਿੰਦ ਕੇਜਰੀਵਾਲ ਵੱਡੇ ਲੀਡਰ ਨੇ। ਸੋ ਅੱਜ ਦੀ ਰਾਜਨੀਤੀ 'ਚ ਜੇ ਮੈਂ ਖੇਤਰੀ ਰਾਜਨੀਤੀ ਦੀ ਗੱਲ ਕਰਾਂ, ਪੰਜਾਬ ਵਾਲੇ ਪਾਸੇ ਨੂੰ ਆਵਾਂ, ਅਤੇ ਸਾਡੇ ਇੱਥੇ ਸਿਮਰ ਬੈਂਸ ਇੱਕ ਚੰਗੇ ਆਗੂ ਦੇ ਤੌਰ 'ਤੇ ਉਹਨਾਂ ਨੇ ਆਪਣੀ ਪਹਿਚਾਣ ਬਣਾਈ ਹੈ। ਬੈਂਸ ਭਰਾਵਾਂ ਨੇ ਆਪਣਾ ਰਾਜਨੀਤਿਕ ਸਫ਼ਰ 1990 ਤੋਂ ਸ਼ੁਰੂ ਕੀਤਾ। ਰਾਜਨੀਤਿਕ ਉਤਰਾਵਾਂ ਚੜ੍ਹਾਵਾਂ ਦੇ ਚੱਲਦਿਆਂ 2014 ਵਿੱਚ ਲੋਕ ਇਨਸਾਫ ਪਾਰਟੀ ਦੀ ਸਥਾਪਨਾ ਕੀਤੀ। ਇਸ ਵੇਲੇ ਸਰਦਾਰ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਸ਼ਹਿਰ ਦੇ ਆਤਮਨਗਰ ਤੋਂ ਵਿਧਾਇਕ ਹਨ, ਜਦਕਿ ਸਰਦਾਰ ਬਲਵਿੰਦਰ ਸਿੰਘ ਬੈਂਸ ਦੱਖਣੀ ਲੁਧਿਆਣਾ ਤੋਂ ਵਿਧਾਇਕ ਹਨ। ਬੈਂਸ ਭਰਾਵਾਂ ਨੇ ਸੁਵਿਧਾ ਕੇਂਦਰ ਬਣਾਇਆ ਹੋਇਆ ਜਿੱਥੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ ਅਤੇ ਉਹ ਹਮੇਸ਼ਾ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਮੌਜੂਦ ਰਹਿੰਦੇ ਹਨ। ਇਕੱਲਾ ਸਮੱਸਿਆਵਾਂ ਨੂੰ ਸੁਣਦੇ ਹੀ ਨਹੀਂ, ਉਹਨਾਂ ਦੇ ਹੱਲ ਵੀ ਕੱਢ ਕੇ ਦਿੰਦੇ। ਉਹ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਰਿਸ਼ਵਤਖੋਰਾਂ ਦੇ ਅੱਗੇ ਕਦੇ ਨਾ ਚੁੱਕਣ। ਉਹ ਕਹਿੰਦੇ ਹਨ ਕਿ ਜੇਕਰ ਕੋਈ ਅਫਸਰ ਤੁਹਾਡੇ ਤੋਂ ਰਿਸ਼ਵਤ ਮੰਗੇ ਤਾਂ ਸੂਚਨਾ ਮਿਲਣ 'ਤੇ ਬੈਂਸ ਬ੍ਰਦਰ ਇਸ ਦੇ ਖਿਲਾਫ਼ ਆਵਾਜ਼ ਚੁੱਕਣਗੇ, ਹਰ ਤਰ੍ਹਾਂ ਨਾਲ ਲੋਕਾਂ ਦਾ ਸਾਥ ਦੇਣਗੇ। ਉਹ ਰਿਸ਼ਵਤ ਦਾ ਖੁਲਾਸਾ ਕਰਨ ਵਾਲੇ ਵਿਅਕਤੀ ਦਾ ਹਮੇਸ਼ਾ ਨਾਮ ਗੁਪਤ ਰੱਖਦੇ ਹਨ। ਤਕਰੀਬਨ ਸਵੇਰੇ 8 ਵਜੇ ਤੋਂ ਬੈਂਸ ਸਾਹਿਬ ਦੀ ਪਬਲਿਕ ਬਿਲਿੰਗ ਸ਼ੁਰੂ ਹੋ ਜਾਂਦੀ ਹੈ। ਲੋਕ ਤਾਂ 7 ਵਜੇ ਤੋਂ ਵੀ ਆ ਕੇ ਬੈਠ ਜਾਂਦੇ ਨੇ ਆਫਿਸ 'ਚ। ਬੈਂਸ ਸਾਹਿਬ ਆ ਜਾਂਦੇ ਨੇ ਜੀ, ਅਤੇ ਲਗਭਗ 8:30-9 ਵਜੇ ਸਟਾਫ ਹੁੰਦਾ, ਮਤਲਬ ਸਟਾਫ ਆਉਣ ਤੋਂ ਪਹਿਲਾਂ ਹੀ ਬੈਂਸ ਸਾਹਿਬ ਆਪਾਂ ਬੈਠ ਜਾਂਦੇ ਹਾਂ ਮੋਬਿੰਗ ਦੀ। ਸ਼ਾਮ ਦਾ ਵੀ ਇਹੀ ਟਾਈਮ ਆ ਜੀ, ਸ਼ਾਮ ਨੂੰ 8:30 ਤੋਂ ਲੈ ਕੇ ਸਾਨੂੰ ਤਕਰੀਬਨ 12 ਵੱਜ ਜਾਂਦੇ ਨੇ ਹਰ ਰੋਜ਼, ਅਤੇ 12 ਵਜੇ ਤੱਕ ਦਫ਼ਤਰ, 12 ਵਜੇ ਤੋਂ ਬਾਅਦ ਫਿਰ ਕਿਸੇ ਦਾ ਕੋਈ ਪ੍ਰੋਗਰਾਮ ਹੁੰਦਾ ਜੀ, ਜਿਸ ਤਰ੍ਹਾਂ ਕਿਸੇ ਦੇ ਮੈਰਿਜ ਆ, ਕਿਸੇ ਦਾ ਕੰਮ ਕਾਰ ਸਾਰਾ, ਉਸ ਤੋਂ ਬਾਅਦ ਬੈਂਕ ਹੋ ਗਿਆ,
ਮਤਲਬ ਸ਼ਾਮ ਦੇ ਕਰੀਬ 5 ਵਜੇ ਤੁਸੀਂ ਦੇਖਦੇ ਹੋ ਕੋਈ ਵੀ ਐੱਮ ਐੱਲ ਏ ਇੰਨੀ ਟਾਈਮਿੰਗ ਕਿਸੇ ਨੂੰ ਨਹੀਂ ਦਿੰਦਾ। ਉਹ ਆਪਣੇ ਦਫ਼ਤਰ 'ਚ ਸਵੇਰੇ 5 ਘੰਟੇ ਔਰ ਸ਼ਾਮ ਨੂੰ 5 ਘੰਟੇ ਡੇਲੀ 10 ਘੰਟੇ ਬੈਠਣਾ। ਮੈਂ ਅੱਜ ਤੱਕ ਕੋਈ ਇੱਦਾਂ ਦਾ ਐੱਮ ਐੱਲ ਏ ਨਹੀਂ ਦੇਖਿਆ ਜੋ ਕੋਈ ਅਪੁਆਇੰਟਮੈਂਟ ਕਿਸੇ ਨੇ ਲੈਣੀ ਹੈ, ਕੋਈ ਅਪੁਆਇੰਟਮੈਂਟ ਨਹੀਂ ਹੈ, ਕੋਈ ਕੁਛ ਨਹੀਂ ਹੈ। ਤੁਸੀਂ ਜਦੋਂ ਮਰਜ਼ੀ ਆਫਿਸ ਆਓ, ਕੋਈ ਪੀ ਏ ਨਹੀਂ ਹੈ, ਕੋਈ ਕੁਛ ਨਹੀਂ ਹੈ। ਤੁਸੀਂ ਆਫਿਸ ਆਓ, ਆਪਣਾ ਕੰਮ ਦੱਸੋ ਔਰ ਉਹ ਬੰਦਾ ਤੁਹਾਡੇ ਨਾਲ ਚੱਲ ਪੈਂਦਾ। ਪੰਜਾਬੀ ਦੇਸੀ ਭਾਸ਼ਾ 'ਚ ਗੱਲ ਕਰਾਂ, ਜਿਵੇਂ ਅਸੀਂ ਪਿੰਡਾਂ ਦੀ ਭਾਸ਼ਾ 'ਚ ਗੱਲ ਕਰਦੇ ਹਾਂ, ਅਤੇ ਇੱਕ ਸਟੈਂਡ ਲੈਣ ਵਾਲਾ ਲੀਡਰ ਬਣ ਗਿਆ ਸਿਮਰ ਬੈਂਸ, ਔਰ ਬੜੀ ਚੰਗੀ ਗੱਲ ਹੈ। ਸਿਆਸਤ ਦੇ ਵਿੱਚ ਲੀਡਰ ਦੀ ਜ਼ੁਬਾਨ ਹੈ ਜਿਹੜੀ ਉਹ ਲੋਕਾਂ ਦੇ ਲਈ ਕਿਸੇ ਐਫੀਡੈਵਿਟ ਤੋਂ ਘੱਟ ਨਹੀਂ ਹੁੰਦੀ। ਸੋ ਜੇ ਲੀਡਰ ਜ਼ੁਬਾਨ ਤੋਂ ਫਿਰਨ ਲੱਗ ਜਾਣ ਤਾਂ ਲੋਕਾਂ 'ਚ ਭਰੋਸਾ ਖਤਮ ਹੁੰਦਾ, ਔਰ ਲੀਡਰਸ਼ਿਪ ਦਾ ਭਰੋਸਾ ਸੁਸਾਇਟੀ 'ਚ ਖਤਮ ਹੁੰਦਾ। ਸੋ ਸਿਮਰ ਬੈਂਸ ਜ਼ੁਬਾਨ ਦੇ ਪੱਕੇ ਲੀਡਰ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਲਾ ਰਹੇ ਨੇ। ਸਿਮਰਜੀਤ ਸਿੰਘ ਬੈਂਸ ਇੱਥੇ ਲੁਧਿਆਣਾ ਵਿੱਚੋਂ ਚਰਸ਼ਾ ਨੂੰ ਖਤਮ ਕਰਕੇ ਚੰਗਾ ਰਾਜ ਪਾਉਣ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੀ ਇਹ ਭਾਵਨਾ ਹੈ ਕਿ ਪੰਜਾਬ ਵਿੱਚ ਹੁਣ ਜੋ ਸਰਕਾਰਾਂ ਨੇ ਮਾਫੀਆ ਰਾਜ ਬਣਾਇਆ ਹੋਇਆ, ਜਿਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਔਰ ਮਾਫੀਆ ਰਾਜ ਬਣਾ ਕੇ ਰੇਤਵਾਦੀਆਂ ਟ੍ਰਾਂਸਫਰ ਮਾਫੀਆ ਐਸੇ ਮਾਫੀਆ ਬਣਾ ਬਣਾ ਕੇ ਲੋਕਾਂ ਨੂੰ ਪ੍ਰੈਸ਼ਰ ਉਸ ਨੂੰ ਦੂਰ ਕਰਨ ਵਾਸਤੇ ਚੰਗੇ ਪੰਜਾਬ ਦੇ ਚੰਗੇ ਭਵਿੱਖ ਲਈ ਯਤਨਸ਼ੀਲ ਹੈ। ਅਤੇ ਮੇਰੀ ਸਾਡੇ ਪੰਜਾਬ ਦੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਆਪਾਂ ਸਰਦਾਰ ਸਿਮਰਜੀਤ ਸਿੰਘ ਬੈਂਸ ਦਾ ਸਾਥ ਦਈਏ। ਬੈਂਸ ਭਰਾ ਸੂਬੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਵਾਸਤੇ ਹਮੇਸ਼ਾ ਵਚਨਬੱਧ, ਉਹ ਸਮੇਂ ਸਮੇਂ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾਉਂਦੇ ਰਹੇ। ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਦੇ ਹਮੇਸ਼ਾ ਉਪਰਾਲੇ ਕਰਦੇ ਰਹੇ। ਨਸ਼ਾ ਮੁਕਤ ਪੰਜਾਬ ਦਾ ਸੁਪਨਾ ਦਿਲ ਵਿੱਚ ਸੰਜੋਗ ਕੇ ਉਹ ਹਮੇਸ਼ਾ ਇਸ ਮੁੱਦੇ 'ਤੇ ਡਟੇ ਰਹੇ। ਉਹਨਾਂ ਨਾਲ ਜੁੜੇ ਹੋਏ ਨੇ, ਮੈਨੂੰ ਅੱਜ 12-15 ਸਾਲ ਦਾ ਸਮਾਂ ਹੋ ਗਿਆ, ਔਰ ਉਹਨਾਂ ਦੇ ਕੰਮ ਕਰਨ ਦੇ ਢੰਗ ਤੋਂ ਇੰਨਾ ਫੈਨ ਆ ਵੀ ਉਹਨਾਂ ਦੇ ਦਰਬਾਰ ਦੇ ਵਿੱਚ, ਦਫ਼ਤਰ ਦੇ ਵਿੱਚ ਕਿਸੇ ਪ੍ਰਕਾਰ ਦਾ, ਚਾਹੇ ਉਹ ਪੰਜਾਬੀ ਹੋਵੇ, ਚਾਹੇ ਉਹ ਬਾਹਰਲੇ ਪ੍ਰਦੇਸ਼ ਦਾ ਪ੍ਰਵਾਸੀ ਭਾਈਚਾਰਾ ਹੋਵੇ, ਕਿਸੇ ਜਾਤ ਧਰਮ ਵਾਰਡ ਗਲੀ ਮੁਹੱਲਾ ਕੋਈ ਵੀ ਹੋਵੇ, ਅੱਜ ਤੱਕ ਉਹਨਾਂ ਦੇ ਦਫ਼ਤਰ ਆਇਆ ਅਤੇ ਉੱਥੇ ਕੰਮ ਉਹਦੇ ਕੰਪਲੀਟ ਹੋਏ ਨੇ। ਪੰਜਾਬ ਦਾ ਅਜਿਹਾ ਕੋਈ ਮੁੱਦਾ ਨਹੀਂ ਜਿਸ ਬਾਰੇ ਉਹ ਲੋਕਾਂ ਦੇ ਹਿੱਤਾਂ ਲਈ ਨਾ ਲੜੇ, ਭਾਵੇਂ ਉਹ ਮਹਿਲ ਮਾਲਕਾਂ ਦੇ ਮੁੱਦੇ ਨੇ ਜਾਂ ਸਰਕਾਰ ਵੱਲੋਂ ਜਨਤਾ ਲਈ ਨਾ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਲੜਾਈ, ਪਾਣੀਆਂ ਦੇ ਮੁੱਦੇ ਹੋਣ, ਉਹ ਹਰ ਮੁੱਦੇ 'ਤੇ ਜਨਤਾ ਲਈ ਖੜ੍ਹੇ ਰਹਿੰਦੇ। ਉਹ ਕਿਸਾਨਾਂ ਦੀ ਮੰਦਹਾਲੀ ਨੂੰ ਲੈ ਕੇ ਬੜੇ ਫਿਕਰਮੰਦ ਹਨ। ਉਹ ਹਮੇਸ਼ਾ ਇਸ ਬਾਰੇ ਮੌਜੂਦਾ ਸਰਕਾਰ ਦੇ ਉਪਰਾਲਿਆਂ 'ਤੇ ਸਵਾਲ ਚੁੱਕਦੇ ਰਹਿੰਦੇ। ਮੈਂ ਸਾਰੇ ਹੀ ਪੰਜਾਬ ਦੇ ਵਿੱਚ ਵੱਸਦੇ ਪੰਜਾਬੀ ਵੀਰਾਂ ਨੂੰ ਅਤੇ ਦੇਸ਼ ਦੇ ਸਾਰੇ ਹੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਲੁਧਿਆਣੇ ਦੇ ਵਿੱਚ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਐੱਮ ਐੱਲ ਏ ਅਤੇ ਸਾਡੇ ਜਾਇਦਾਦ ਬਲਵਿੰਦਰ ਸਿੰਘ ਜੀ ਬੈਂਸ ਐੱਮ ਐੱਲ ਏ, ਜਿਨ੍ਹਾਂ ਦਾ ਦਫ਼ਤਰ ਕੋਟ ਮੰਗਲ ਸਿੰਘ ਗਲੀ ਨੰਬਰ 5 ਦੇ ਵਿੱਚ ਬਹੁਤ ਵੱਡੀ ਸਮਾਜ ਸੇਵਾ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ, ਜਿਨ੍ਹਾਂ ਨੇ ਇੱਕ ਵਾਅਦਾ ਕੀਤਾ ਸੀਗਾ ਮੈਨੂੰ ਕੌਂਸਲਰ ਬਣਾਓ ਅਤੇ ਮੈਂ ਕੌਂਸਲਰ ਦੇ ਵਾਅਦੇ ਦੱਸੂੰਗਾ ਕਿ ਕੌਂਸਲਰ ਕਹਿੰਦੇ ਕਿਹਨੂੰ ਨੇ। ਫਿਰ ਤੁਹਾਡੇ ਨਾਲ ਉਹਨਾਂ ਨੇ ਇੱਕ ਵਾਅਦਾ ਕੀਤਾ ਕਿ ਮੈਨੂੰ ਐੱਮ ਐੱਲ ਏ ਬਣਾਓ, ਮੈਂ ਤੁਹਾਨੂੰ ਦੱਸੂੰਗਾ ਕਿ ਐੱਮ ਐੱਲ ਏ ਕਹਿੰਦੇ ਕਿਹਨੂੰ ਨੇ। ਅਤੇ ਤੁਸੀਂ ਦੇਖਿਆ ਹੋਵੇਗਾ ਜਦੋਂ ਕੌਂਸਲਰ ਬਣੇ ਅਤੇ ਲੁਧਿਆਣੇ ਦੇ ਵਿੱਚ ਉਹਨਾਂ ਨੇ ਸਭ ਨੂੰ ਦੱਸ ਦਿੱਤਾ ਕਿ ਕੌਂਸਲਰ ਕਹਿੰਦੇ ਕਿਹਨੂੰ ਨੇ। ਅਤੇ ਜੇ ਵਿਧਾਨ ਸਭਾ ਦੀ ਵਾਰੀ ਆਈ ਤਾਂ 115 ਦੇ ਬਰਾਬਰ 2 ਸਰਦਾਰ ਸਿਮਰਜੀਤ ਸਿੰਘ ਬੈਂਸ, ਚਾਹੀਦਾ ਬਲਵਿੰਦਰ ਸਿੰਘ ਜੀ ਬੈਂਸ, ਮੈਂ ਤਾਂ ਇਹਨਾਂ ਨੂੰ ਬੱਬਰ ਸ਼ੇਰ ਕਹਾਂਗਾ ਅਤੇ ਤੁਸੀਂ ਵੀ ਬੱਬਰ ਸ਼ੇਰ ਹੀ ਕਹਿੰਦੇ ਹੋ, ਮੈਨੂੰ ਇਸ ਗੱਲ ਦਾ ਪਤਾ ਹੈ। ਬੈਂਸ ਭਰਾ ਪੰਜਾਬ ਵਿੱਚ ਮੌਜੂਦ ਹਰ ਸਮੱਸਿਆ ਨੂੰ ਮਿਟਾਉਣ ਲਈ ਯਤਨ ਕਰ ਰਹੇ, ਪੰਜਾਬ ਦੇ ਲੋਕ ਉਹਨਾਂ ਨੂੰ ਪੰਜਾਬ ਦੀ ਸ਼ਾਨ ਆਖਦੇ ਹਨ, ਉਹ ਲੋਕਾਂ ਲਈ ਇੱਕ ਨਵੀਂ ਆਸ ਬਣ ਕੇ ਉੱਭਰ ਰਹੇ। ਉਹਨਾਂ ਨੇ ਰੇਤ ਮਾਫੀਆ ਵਿਰੁੱਧ ਟੀਮ ਇਨਸਾਫ ਦੇ ਨਾਮ 'ਤੇ ਇੱਕ ਮੁਹਿੰਮ ਚਲਾਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪੰਜਾਬ ਦੀ ਜਨਤਾ ਨੇ ਜੋ ਭਰੋਸਾ ਅਤੇ ਯਕੀਨ ਉਹਨਾਂ 'ਤੇ ਵਿਖਾਇਆ ਹੈ, ਉਸ ਵਿੱਚ ਬੈਂਸ ਭਰਾ ਬਿਲਕੁਲ ਖਰੇ ਉਤਰਦੇ ਹਨ। ਉਹ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਹਾਲ ਪੁੱਛਣ ਜਾਂਦੇ ਹਨ, ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਲਾਪਰਵਾਹੀਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਨੇ। ਪੰਜਾਬ ਵਿੱਚ ਜਿੱਥੇ ਕਿਤੇ ਭ੍ਰਿਸ਼ਟ ਤੰਤਰ ਲੋਕਾਂ ਦੀ ਮੁਸੀਬਤ ਬਣਿਆ ਹੋਇਆ, ਬੈਂਸ ਭਰਾ ਉੱਥੇ ਹਾਜ਼ਰ ਹੁੰਦੇ ਹਨ, ਉਸ ਤੰਤਰ ਨੂੰ ਲੋਕਤੰਤਰ ਦਾ ਸਹੀ ਮਤਲਬ ਸਮਝਾਉਣ ਦਾ ਹਰ ਉਪਰਾਲਾ ਕਰਦੇ ਨੇ। ਉਹ ਬੱਚਿਆਂ ਦੀ ਪੜ੍ਹਾਈ ਦੇ ਸੰਬੰਧ ਵਿੱਚ ਤੰਤਰ ਦੀ ਕਿਸੇ ਮਨਮਾਨੀ ਨੂੰ ਰੋਕਣ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਬੱਚਿਆਂ ਨੂੰ ਉਹਨਾਂ ਦੇ ਹੱਕ ਦਿੰਦੇ। ਉਹ ਹਰ ਉਸ ਵਿਦਿਆਰਥੀ ਲਈ ਤੰਤਰ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਹਨ
ਜੋ ਇਸ ਭ੍ਰਿਸ਼ਟ ਤੰਤਰ ਦਾ ਸ਼ਿਕਾਰ ਬਣਦਾ ਹੈ। ਬੈਂਸ ਭਰਾ ਮੰਨਦੇ ਹਨ ਕਿ ਲੋਕਾਂ ਦਾ ਪਿਆਰ ਹੀ ਉਹਨਾਂ ਨੂੰ ਇਹ ਸਾਰੇ ਕੰਮ ਕਰਨ ਦੀ ਤਾਕਤ ਦਿੰਦਾ ਹੈ। ਲੋਕਾਂ ਨੇ ਉਹਨਾਂ ਨੂੰ ਜੋ ਤਾਕਤ ਬਖਸ਼ੀ ਹੈ ਉਸਦਾ ਮੁੱਲ ਚੁਕਾਉਣਾ ਉਹਨਾਂ ਦਾ ਪਹਿਲਾ ਧਰਮ ਹੈ। ਬੈਂਸ ਭਰਾਵਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਰੱਬ ਦੀ ਮਿਹਰ ਅਤੇ ਲੋਕਾਂ ਦਾ ਸਾਥ ਇੰਝ ਹੀ ਮਿਲਦਾ ਰਹੇ ਤਾਂ ਉਹ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਸੁਪਨਾ ਸੱਚ ਕਰਕੇ ਦਿਖਾਉਣ। ਅੱਜ ਉਹ ਲੋਕਾਂ ਲਈ ਇੱਕੋ ਇੱਕ ਉਮੀਦ ਬਣ ਚੁੱਕੇ ਹਨ। ਕਿਸੇ ਨੂੰ ਕੋਈ ਵੀ ਸਮੱਸਿਆ ਹੋਵੇ ਉਹਨਾਂ ਦੀਆਂ ਨਜ਼ਰਾਂ ਬੈਂਸ ਭਰਾਵਾਂ ਵੱਲ ਹੀ ਉੱਠੀਆਂ। ਬੈਂਸ ਭਰਾ ਉਹਨਾਂ ਲਈ ਰੱਬ ਵਰਗੀ ਆਸ ਹਨ। ਬੈਂਸ ਭਰਾ ਲੋਕਾਂ ਦੀ ਆਸ ਨੂੰ ਕਦੇ ਵੀ ਖਾਲੀ ਨਹੀਂ ਜਾਣਾ। ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਉਪਰਾਲਾ ਕਰਦੇ ਰਹੇ। ਬੈਂਸ ਜੀ ਕੋਲ ਮੈਂ ਕੰਮ ਕਰਾਉਣ ਲਈ ਆਇਆ ਸੀਗਾ। ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਵਾ, ਲੋਕ ਬਹੁਤ ਖੁਸ਼ ਨੇ ਇਹਨਾਂ ਤੋਂ। ਅਤੇ ਮੇਰਾ ਕੰਮ, ਮੈਂ ਇੱਥੇ ਮੈਂ ਆਧਾਰ ਕਾਰਡ ਦੇ ਵਿੱਚ ਐਡਰੈਸ ਚੇਂਜ ਕਰਵਾਉਣਾ ਸੀਗਾ ਆਪਣਾ, ਉਹਦੇ ਲਈ ਲੈਟਰ ਲਿਖਾਉਣ ਆਇਆ ਸੀ। ਉਹਨਾਂ ਨੇ ਮਿੰਟ ਤੋਂ ਪਹਿਲਾਂ ਮੇਰਾ ਕੰਮ ਕਰ ਦਿੱਤਾ। ਬਹੁਤ ਵਧੀਆ ਬੰਦੇ ਨੇ, ਲੋਕਾਂ ਦੇ ਬਹੁਤ ਕੰਮ ਆਉਣ ਵਾਲੇ ਬੰਦੇ ਨੇ, ਹਰੇਕ ਦਾ ਕੰਮ ਮਿੰਟ ਤੋਂ ਪਹਿਲਾਂ ਕਰਦੇ। ਸਤਿ ਸ਼੍ਰੀ ਅਕਾਲ ਜੀ, ਦਲਜੀਤ ਸਿੰਘ ਮੇਰਾ ਨਾਮ ਹੈ ਜੀ। ਸਾਨੂੰ ਜਦੋਂ ਵੀ ਕੋਈ ਕੰਮ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਸਾਨੂੰ ਆਧਾਰ ਕਾਰਡ ਜਾਂ ਵੋਟਰ ਕਾਰਡ ਕੋਈ ਵੀ ਚੀਜ਼ ਦਾ ਸਾਨੂੰ ਜਿਵੇਂ ਲੋੜ ਪੈਂਦੀ ਆ, ਅਸੀਂ ਬੈਂਸ ਸਾਹਿਬ ਕੋਲ ਆਉਂਦੇ ਹਾਂ ਜੀ, ਔਰ ਸਾਡਾ ਕੰਮ ਨਾਲੋ ਨਾਲ ਹੋ ਜਾਂਦਾ ਵਾ ਜੀ। ਨਮਸਕਾਰ ਜੀ, ਮੇਰਾ ਨਾਮ ਨੰਦਨੀ ਸ਼ਰਮਾ ਹੈ। ਅਸੀਂ ਨਿਸ਼ਕਾਮ ਸਿਲਾਈ ਭਾਗੋ ਸਿਲਾਈ ਸੈਂਟਰ 'ਚ ਸਿਲਾਈ ਸਿੱਖੀ ਸੀਗੀ ਅਤੇ ਸਾਨੂੰ ਬੈਂਸ ਸਰ ਨੇ ਸਰਟੀਫਿਕੇਟ ਦਿੱਤੇ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਕੁੜੀਆਂ ਮਸ਼ੀਨਾਂ ਨਹੀਂ ਲੈ ਸਕਦੀਆਂ ਮੈਂ ਉਹਨਾਂ ਦੀ ਹੈਲਪ ਕਰਾਂਗਾ, ਅਤੇ ਸਾਨੂੰ ਸਰ ਨੇ ਮਸ਼ੀਨਾਂ ਦਿੱਤੀਆਂ। ਸਾਡੇ ਬੇਟੇ ਮੇਰੇ ਬਹੁਤ ਸੇਵਾ ਕਰਦੇ ਆ ਸੰਗਤ ਦੀ, ਸਾਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਸੰਗਤ ਹੀ ਆਪਣੇ ਘਰ ਰੱਬ ਦਾ ਰੂਪ ਆ ਬਣਿਆ ਆ। ਜਿਹੜੀ ਇੰਨੀ ਆਉਂਦੀ ਆ ਸਾਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਵੀ ਬੱਚੇ ਸਾਡੇ ਸੇਵਾ ਕਰਦੇ ਆ, ਸੰਗਤ ਆਉਂਦੀ ਆ। ਸਤਿਕਾਰਯੋਗ ਸ਼ਹਿਰ ਵਾਸੀਓ, ਸਿਮਰਜੀਤ ਬੈਂਸ। ਰਾਜਨੀਤੀ, ਦੋ ਕਿਸਮ ਦੇ ਲੋਕ ਰਾਜਨੀਤੀ ਦੇ ਅੰਦਰ, ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਵਾਸਤੇ ਰਾਜਨੀਤੀ ਇੱਕ ਧੰਦਾ ਬਣੀ ਹੋਈ ਹੈ, ਅਤੇ ਬਹੁਤ ਘੱਟ ਗਿਣਤੀ ਦੋਸਤੋ ਉਹਨਾਂ ਦੀ ਹੈ ਜਿਨ੍ਹਾਂ ਵਾਸਤੇ ਰਾਜਨੀਤੀ ਇੱਕ ਦੇਸ਼ ਭਗਤੀ ਦਾ ਜਜ਼ਬਾ, ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕਰਨ ਦਾ ਮਿਸ਼ਨ ਹੈ, ਕਰਪਸ਼ਨ ਦੇ ਖਿਲਾਫ ਇੱਕ ਸੰਘਰਸ਼ ਹੈ। ਸੋ ਮੈਨੂੰ ਤੁਹਾਡੇ 'ਤੇ ਬਹੁਤ ਵੱਡਾ ਮਾਣ ਅਤੇ ਫਖਰ ਹੈ ਕਿ ਤੁਸੀਂ ਜਿਹੜੇ ਰਾਜਨੀਤੀ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਲੈ ਕੇ ਆਏ ਹੈ, ਜਿਹੜੇ ਕਰਪਸ਼ਨ ਦੇ ਖਿਲਾਫ ਸੰਘਰਸ਼ ਕਰਨ ਵਾਲੇ ਲੋਕ ਹੈ, ਤੁਸੀਂ ਉਹਨਾਂ ਨੂੰ ਬਹੁਤ ਵੱਡੀ ਪੱਧਰ 'ਤੇ ਸਪੋਰਟ ਦਿੱਤਾ। ਔਰ ਮੈਂ ਤੁਹਾਡੇ ਨਾਲ ਵਚਨ ਕਰਦਾ, ਵਾਅਦਾ ਕਰਦਾ ਤੁਹਾਡੇ ਨਾਲ ਕਿ ਆਖਰੀ ਸਵਾਸ ਤੱਕ ਰਾਜਨੀਤੀ ਦੇ ਵਿੱਚ ਰਹਿੰਦਿਆਂ ਹੋਇਆਂ ਰਾਜਨੀਤੀ 'ਚ ਆਈ ਕਰਪਸ਼ਨ ਦੀ ਗੰਦਗੀ ਨੂੰ ਪੱਟਣ ਦਾ ਹਰ ਹੀਲਾ ਯਤਨ ਕਰਾਂਗਾ ਕਿ ਜਿਹੜੀਆਂ ਭਾਵਨਾਵਾਂ ਨਾਲ ਤੁਸੀਂ ਮੈਨੂੰ ਅਸੀਸਾਂ ਦਿੰਦੇ ਹੋ, ਉਹਨਾਂ ਭਾਵਨਾਵਾਂ 'ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ, ਦ੍ਰਿੜਤਾ ਨਾਲ ਸੰਕਲਪ ਲੈਂਦੇ ਹੋਏ ਕਰਪਸ਼ਨ ਦੇ ਵਿਰੁੱਧ ਸੰਘਰਸ਼ਸ਼ੀਲ ਰਹਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ, ਮੈਂ ਸਿਰ ਝੁਕਾ ਕੇ ਪਹਿਲਾਂ ਇੱਥੇ ਸਾਰਿਆਂ ਦਾ ਧੰਨਵਾਦ ਕਰਦਾ। ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜਿਹੜਾ ਜੀਵਨ ਦਾ ਰਾਜਨੀਤਿਕ ਸਫ਼ਰ ਅਸਲ 'ਚ ਉਹ 1991 'ਚ ਸ਼ੁਰੂ ਹੋਇਆ ਜਦੋਂ ਲੁਧਿਆਣਾ ਕਾਰਪੋਰੇਸ਼ਨ ਦਾ ਸਾਰਿਆਂ ਤੋਂ ਪਹਿਲਾ ਹਾਊਸ ਬਣਿਆ ਅਤੇ ਮੈਂ ਉਸ ਹਾਊਸ ਦੇ ਵਿੱਚ ਛੋਟੀ ਉਮਰ ਦਾ ਕੌਂਸਲਰ ਬਣਿਆ ਅਤੇ ਇਹ ਪਾਤਸ਼ਾਹੀ ਮੈਂ ਸਮਝਦਾ ਕਿ ਰਹਿਮਤ ਹੈ। ਮੈਂ ਉਦੋਂ ਵੀ ਚੋਣ ਆਜ਼ਾਦ ਲੜੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਚੋਣਾਂ ਸਾਰੀਆਂ ਆਜ਼ਾਦ ਲੜੀਆਂ। ਕੌਂਸਲਰ ਦੀ ਚੋਣ ਲੜੀ, ਫਿਰ ਛੋਟੇ ਵੀਰ ਨੂੰ ਸਿਮਰਜੀਤ ਨੂੰ ਕੌਂਸਲਰ ਦੀ ਚੋਣ ਲੜਾਈ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੀ, ਫਿਰ ਕੌਂਸਲਰ ਦੀ ਚੋਣ ਲੜਾਈ, ਫਿਰ MLA ਦੀਆਂ ਚੋਣਾਂ ਦੋਨੇ ਭਰਾਵਾਂ ਨੇ ਲੜੀਆਂ ਅਤੇ ਦੋਵਾਂ ਨੇ ਆਜ਼ਾਦ ਚੋਣਾਂ ਲੜੀਆਂ ਸਾਰੀਆਂ ਹੀ। ਪਰਮੇਸ਼ਰ ਦੀ ਅਤੇ ਸੰਗਤ ਦੀ ਅਸਲ 'ਚ ਮੇਰੇ ਕੋਲ ਕੋਈ ਲਫ਼ਜ਼ ਨਹੀਂ ਜਿਨ੍ਹਾਂ ਨਾਲ ਮੈਂ ਮਾਲਕ ਦਾ ਅਤੇ ਲੁਧਿਆਣੇ ਵਾਲੀ ਸੰਗਤ ਦਾ ਧੰਨਵਾਦ ਕਰਾਂ। ਹਮੇਸ਼ਾ ਜਦੋਂ ਵੀ ਚੋਣ ਲੜੀ, ਜਦੋਂ ਜਦੋਂ ਅਸੀਂ ਹਾਊਸ ਦੇ ਮੈਂਬਰ ਬਣੇ, ਸਾਰੀਆਂ ਪਾਰਟੀਆਂ ਇੱਕ ਪਾਸੇ, ਸਾਰਿਆਂ ਦੀਆਂ ਵੋਟਾਂ ਇਕੱਠੀਆਂ ਕਰਕੇ ਵੀ ਇੱਕ ਬਕਸੇ 'ਚ ਪਾ ਦਿਓ, ਅੱਜ ਤੱਕ ਕਦੇ ਉਹ ਲੋਕ ਸਾਡੇ ਬਰਾਬਰ ਨਹੀਂ ਆ ਸਕੇ ਜਿਹੜੇ ਸਾਡੇ ਵਿਰੋਧੀ ਕੈਂਡੀਡੇਟ ਸੀਗੇ। ਇਹ ਮੈਂ ਸਮਝਦਾ ਕਿ ਮਾਲਕ ਦੀ ਰਹਿਮਤ ਹੈ। ਹੁਣ ਤੱਕ ਦਾ 91 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫ਼ਰ ਹੈ, ਉਹਦੇ 'ਚ ਵਿਧਾਨ ਸਭਾ ਲੜੀ, ਕੌਂਸਲਰ ਲੜੀ, ਸ਼੍ਰੋਮਣੀ ਕਮੇਟੀ ਲੜੀ, ਪਰ ਸਾਰੀਆਂ ਆਜ਼ਾਦ ਲੜੀਆਂ। ਕੋਈ ਵੀ ਸਾਰੀਆਂ ਪਾਰਟੀਆਂ ਇਕੱਠੀਆਂ, ਇਸ ਵਾਰੀ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਬਕਸੇ 'ਚ ਵੀ ਆਪਣੀਆਂ ਵੋਟਾਂ ਪਾ ਲੈਣ, ਤਾਂ ਵੀ ਬਰਾਬਰ ਨਹੀਂ ਆ ਸਕੇ। ਦੋਸਤੋ, ਪੰਜਾਬ ਦੀ ਧਰਤੀ ਪਵਿੱਤਰ,
ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ, ਸੂਰਬੀਰ ਯੋਧਿਆਂ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ, ਅਤੇ ਅੱਜ ਇਸ ਧਰਤੀ ਦਾ ਨੌਜਵਾਨ ਡੀਫੇਮ ਹੋ ਗਿਆ ਨਸ਼ਿਆਂ ਕਰਕੇ। ਅਤੇ ਨਸ਼ੇ ਕੌਣ ਪਕਾਉਂਦਾ, ਨਸ਼ੇ ਕਿਹਦੀ ਸਰਪ੍ਰਸਤੀ 'ਚ ਵੇਖਦੇ ਆ? ਸਰਕਾਰ ਚਾਹੇ ਤਾਂ ਨਸ਼ੇ ਬੰਦ ਕਰਾਉਣ ਵਾਸਤੇ ਸਰਕਾਰ ਨੂੰ ਮਹੀਨਿਆਂ ਦੀ ਜ਼ਰੂਰਤ ਨਹੀਂ, ਬਹੁਤ ਸ਼ੋਰਟ ਪੀਰੀਅਡ ਦੇ ਵਿੱਚ ਨਸ਼ੇ ਖਤਮ ਕੀਤੇ ਜਾ ਸਕਦੇ ਆ। ਅਤੇ ਅੱਜ ਸਾਡੀ ਇਹ ਪੰਜਾਬ ਦੇ ਲੋਕਾਂ ਦੀ ਜ਼ਰੂਰਤ ਹੈ ਕਿ ਨਸ਼ਿਆਂ ਦੇ ਬਰਖਿਲਾਫ ਚਾਹੇ ਉਹ ਲੀਡਰ ਹੈ, ਚਾਹੇ ਕੋਈ ਅਫਸਰ ਹੈ, ਚਾਹੇ ਉਹ ਕਿਸੇ ਪੱਧਰ 'ਤੇ ਸਰਕਾਰ ਦੇ ਵਿੱਚ ਕਿਸੇ ਕੁਰਸੀ ਅਹੁਦੇ 'ਤੇ ਬੈਠਾ ਇਨਸਾਨ, ਉਹਨੂੰ ਐਕਸਪੋਜ਼ ਕਰਨ ਦੀ ਜ਼ਰੂਰਤ ਹੈ। ਮੈਨੂੰ ਇਹ ਗੱਲ ਕਹਿਣ ਲੱਗਿਆਂ ਫਖਰ ਮਹਿਸੂਸ ਹੁੰਦਾ ਕਿ ਪੰਜਾਬ ਦਾ ਨੌਜਵਾਨ ਕਿਸੇ ਸਮੇਂ ਬਹੁਤ ਵੱਡੀ ਪੱਧਰ ਦੇ ਉੱਤੇ ਦਲੇਰੀ ਕਰਕੇ ਜਾਣਿਆ ਜਾਂਦਾ ਸੀ। ਵਰਲਡ ਵਾਰ, ਸੈਕਿੰਡ ਵਰਲਡ ਵਾਰ ਦੀ ਹਿਸਟਰੀ ਪੜ੍ਹਦੇ ਤਾਂ ਉਹਦੇ 'ਚ ਪੰਜਾਬ ਦਾ ਨੌਜਵਾਨ, ਅੰਗਰੇਜ਼ ਹਕੂਮਤ ਪੰਜਾਬ ਦੇ ਨੌਜਵਾਨ ਨੂੰ ਭਰਤੀ ਕਰਕੇ ਗਈ ਅਤੇ ਸੈਕਿੰਡ ਵਰਲਡ ਵਾਰ ਪੰਜਾਬ ਤੋਂ ਫੌਜ ਵਿੱਚ ਭਰਤੀ ਕੀਤੇ ਨੌਜਵਾਨਾਂ ਦੇ ਬਲਬੂਤੇ ਦੇ ਉੱਤੇ ਜਿੱਤਿਆ ਗਿਆ ਸੀ। ਅਤੇ ਅੱਜ ਸਾਡਾ ਨੌਜਵਾਨ ਨਸ਼ਾ ਕਰਕੇ ਬਦਨਾਮ ਹੈ। ਨਸ਼ੇ ਵੇਚਣ ਵਾਲੇ ਕੌਣ ਲੋਕ ਨੇ, ਅੱਜ ਉਹਨਾਂ ਨੂੰ ਪਛਾਣਨ ਦੀ ਜ਼ਰੂਰਤ ਹੈ। ਇਹ ਮਾਲਕ ਦੀ ਖੇਡ ਹੈ, ਇਹ ਸੰਗਤ ਦਾ ਪ੍ਰੇਮ ਹੈ। ਅਸਲ ਜਦੋਂ ਉਹ ਲੜਦੇ ਆ ਚੋਣਾਂ ਨੋਟਾਂ ਦੇ ਆਸਰੇ, ਉਹ ਸੋਚਦੇ ਆ ਕਿ ਸਾਡੇ ਕੋਲ ਨੋਟ ਹੈ, ਅਤੇ ਸਾਡਾ ਉਦੋਂ ਨਾਰਾ ਹੁੰਦਾ ਕਿ ਨੋਟਾਂ ਵਾਲੇ ਇੱਕ ਪਾਸੇ ਅਤੇ ਬਈ ਵੋਟਾਂ ਵਾਲੇ ਇੱਕ ਪਾਸੇ। ਸਾਡੇ ਕੋਲ ਲੋਕਾਂ ਦਾ ਪ੍ਰੇਮ ਹੁੰਦਾ, ਉਹਨਾਂ ਕੋਲ ਸ਼ਰਾਬ ਦੀ ਬੋਤਲ ਹੁੰਦੀ ਹੈ, ਪਰ ਸਾਡੇ ਏਰੀਏ ਦੇ ਜਿਹੜੇ ਲੋਕ ਹੈ ਉਹ ਸ਼ਰਾਬ ਨੂੰ ਤਰਜੀਹ ਨਹੀਂ ਦਿੰਦੇ, ਉਹ ਕੰਮ ਨੂੰ ਤਰਜੀਹ ਦਿੰਦੇ ਹੈ। ਅਸੀਂ 365 ਦਿਨ ਹੁੰਦੇ ਆ ਸਾਲ ਦੇ, ਸਾਡੇ ਲਈ ਕੋਈ ਦੀਵਾਲੀ ਨਹੀਂ ਹੁੰਦੀ, ਕੋਈ ਦੁਸਹਿਰਾ ਨਹੀਂ ਹੁੰਦਾ। ਤਿਉਹਾਰ ਜ਼ਰੂਰ ਹੁੰਦੇ ਆ, ਅਸੀਂ ਸਿਰ ਝੁਕਾ ਕੇ ਤਿਉਹਾਰ ਮਨਾਉਂਦੇ ਹਾਂ, ਪਰ ਅਸੀਂ ਦਫ਼ਤਰ ਜ਼ਰੂਰ ਲਾਉਂਦੇ ਹਾਂ ਉਸ ਦਿਨ। ਮੈਂ ਸਮਝਦਾ ਕਿ ਜਿਹੜਾ ਸੰਗਤ ਨੇ ਸਾਨੂੰ ਪ੍ਰੇਮ ਦਿੱਤਾ, ਉਹਦਾ ਸਾਡੇ ਕੋਲ ਉਹਦਾ ਮੋੜਨ ਵਾਸਤੇ ਕੋਈ ਲਫ਼ਜ਼ ਨਹੀਂ ਮੇਰੇ ਕੋਲ ਹੈਗਾ, ਜਿਹਦੇ ਨਾਲ ਮੈਂ ਲੁਧਿਆਣੇ ਵਾਸੀਆਂ ਦਾ ਅਤੇ ਪ੍ਰਭੂ ਦਾ ਧੰਨਵਾਦ ਕਰਾਂ, ਉਹਨਾਂ ਦਾ ਮੋੜਦਿਆਂ ਧੰਨਵਾਦ ਆ ਕੇ। ਕਿਉਂਕਿ ਬੰਦਾ ਕਹਿੰਦਾ ਨਾ ਥੈਂਕ ਯੂ ਕਹਿ ਕੇ ਅਸਾਨ ਚੁਕਾ ਦਿਉ, ਮੇਰੇ ਕੋਲ ਉਹਨਾਂ ਦਾ ਅਸਾਨ ਚੁਕਾਉਣ ਵਾਸਤੇ ਕੋਈ ਲਫਾਜ਼ ਨਹੀਂ, ਕੋਈ ਅੱਖਰ ਨਹੀਂ, ਕੋਈ ਸ਼ਬਦ ਨਹੀਂ, ਡਿਕਸ਼ਨਰੀ 'ਚ ਵੀ ਮੈਨੂੰ ਕੋਈ ਸੂਟੇਬਲ ਸ਼ਬਦ ਨਹੀਂ ਲੱਭਿਆ ਜਿਹਦੇ ਨਾਲ ਮੈਂ ਲੁਧਿਆਣੇ ਵਾਸੀਆਂ ਦਾ ਧੰਨਵਾਦ ਕਰਾਂ। ਦੋਸਤੋ, ਸਰਕਾਰਾਂ ਆਉਂਦੀਆਂ ਨੇ, ਹਰ ਸਰਕਾਰ ਆ ਕੇ ਬੇਰੁਜ਼ਗਾਰੀ ਨੂੰ ਖਤਮ ਕਰਨ ਦਾ ਵਾਅਦਾ ਕਰਦੀ ਹੈ ਵੋਟਾਂ ਤੋਂ ਪਹਿਲਾਂ। ਵੋਟਾਂ ਲੈਣ ਤੋਂ ਬਾਅਦ ਸਾਰਾ ਕੁਛ ਗਿਰਗਿਟ ਵਾਲਾ ਕੰਮ ਹੁੰਦਾ, ਰੰਗ ਤਬਦੀਲ ਹੋ ਜਾਂਦਾ। ਬੇਰੁਜ਼ਗਾਰ ਨੌਜਵਾਨ ਹੱਥ ਦੇ ਵਿੱਚ ਬੀ ਟੈਕ, ਐਮ ਟੈਕ ਦੀਆਂ ਡਿਗਰੀਆਂ ਫੜ ਕੇ ਬੇਰੁਜ਼ਗਾਰ, ਜਿਨ੍ਹਾਂ ਦੇ ਮਾਂ ਨੇ ਆਪਣੇ ਗਹਿਣੇ ਵੇਚ ਕੇ ਪੁੱਤ ਪੜ੍ਹਾਇਆ, ਬਾਪ ਨੇ ਆਪਣਾ ਘਰ ਗਿਰਵੀ ਰੱਖ ਕੇ ਪੁੱਤ ਪੜ੍ਹਾਇਆ, ਹੱਥ ਦੇ ਵਿੱਚ ਡਿਗਰੀਆਂ ਅਤੇ ਡਿਪਲੋਮੇ ਲੈ ਕੇ ਬੇਰੁਜ਼ਗਾਰ, ਅਤੇ ਸਰਕਾਰ ਦੇ ਮੂੰਹ ਵੱਲ ਦੇਖਦੇ ਆ ਵੀ ਸਰਕਾਰ ਦੇ ਐਲਾਨ ਅਨੁਸਾਰ ਸਾਨੂੰ ਨੌਕਰੀ ਕਦੋਂ ਮਿਲੂਗੀ। ਸੋ ਇਹ ਸਾਡਾ ਸਿਸਟਮ ਅਸਲ ਦੇ ਵਿੱਚ ਕਰਪਟ ਹੋ ਚੁੱਕਿਆ ਹੈ। ਅਸਲ ਦੇ ਵਿੱਚ ਜਿਹੜੀ ਰਾਜਨੀਤੀ ਆ ਉਹ ਇੱਕ ਧੰਦਾ ਬਣ ਚੁੱਕੀ ਹੈ। ਜਿਹੜਾ ਬੰਦਾ ਜਿਹੜੀ ਪਾਰਟੀ ਦੀ ਸਰਕਾਰ ਆਉਂਦੀ ਹੈ ਅਤੇ ਉਹ ਆਪਣੇ ਘਰ ਭਰਨ 'ਤੇ ਤੁਲ ਜਾਂਦੀ ਹੈ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਵਾਸਤੇ, ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਨ ਵਾਲੇ ਮੁੱਕਰ ਜਾਂਦੇ ਆ। ਪੰਜਾਬੀ ਵੀਰੋ, ਮੈਂ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਅਸਲ 'ਚ ਮਨ ਦੀ ਗਹਿਰਾਈ 'ਚੋਂ। ਆਜ਼ਾਦੀ ਤੋਂ ਬਾਅਦ ਜਿੰਨੀਆਂ ਸਰਕਾਰਾਂ ਬਣੀਆਂ ਉਹਨਾਂ ਕੋਲ ਸਵਾਏ ਨਾਰੇ ਅਤੇ ਲਾਰੇ ਦੋ ਹੀ ਚੀਜ਼ਾਂ ਉਹਨਾਂ ਨੇ ਅੱਜ ਤੱਕ ਸਾਨੂੰ ਦਿੱਤੀਆਂ, ਜਾਂ ਨਾਰੇ ਦਿੱਤੇ ਜਾਂ ਲਾਰੇ ਦਿੱਤੇ। ਫਿਜ਼ੀਕਲੀ ਸਾਨੂੰ ਉਹਨਾਂ ਨੇ ਕੋਈ ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਿਆ, ਕਿਸੇ ਕਿਸਾਨ ਨੂੰ ਡਾਈਵਰਸੀਫਿਕੇਸ਼ਨ ਨਹੀਂ ਮਿਲੀ, ਕਿਸੇ ਇੰਡਸਟਰੀ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ। ਜੇ ਪੰਜਾਬ ਦੀ ਇੰਡਸਟਰੀ ਚੱਲਦੀ ਆ ਆਪਣੇ ਬਾਹੂਬਲ 'ਤੇ ਚੱਲਦੀ ਹੈ, ਜੇ ਪੰਜਾਬ ਦਾ ਨੌਜਵਾਨ ਜਿਉਂਦਾ, ਜਦੋਂ ਪੰਜਾਬ ਦੇ ਨੌਜਵਾਨ ਅਤੇ ਕਿਸਾਨ ਦੀ ਗੱਲ ਆਉਂਦੀ ਹੈ ਉਹ ਸਮਾਂ ਯਾਦ ਆਉਂਦਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਨਾਰਾ ਲਾਇਆ ਸੀ ਜੈ ਜਵਾਨ ਜੈ ਕਿਸਾਨ। ਅੱਜ ਦੁੱਖ ਅਤੇ ਅਫਸੋਸ ਹੈ, ਜਵਾਨ ਵੀ ਥੱਲੇ ਨੂੰ ਤੁਰਿਆ ਜਾਂਦਾ ਅਤੇ ਕਿਸਾਨ ਵੀ ਥੱਲੇ ਨੂੰ ਤੁਰਿਆ ਜਾਂਦਾ। ਆਓ ਰਲ ਕੇ ਇੱਕ ਪ੍ਰਣ ਕਰੀਏ, ਇੱਕ ਨਵੀਂ ਕ੍ਰਾਂਤੀ ਲੈ ਕੇ ਆਈਏ, ਇੱਕ ਨਵਾਂ ਇਨਕਲਾਬ ਲੈ ਕੇ ਆਈਏ, ਤਾਂ ਕਿ ਜਿਹੜਾ ਪੰਜਾਬ ਕਿਸੇ ਸਮੇਂ ਲੋਕ ਕਹਿੰਦੇ ਸੀ ਪੰਜਾਬ ਨੂੰ ਸੋਨੇ ਦੀ ਚਿੜੀ, ਪਰ ਮੈਂ ਅੱਜ ਵੀ ਕਹਿੰਦਾ ਕਿ ਪੰਜਾਬ ਸੋਨੇ ਦੀ ਚਿੜੀ ਹੈ, ਸੋਨੇ ਦੀ ਚਿੜੀ ਸੀ, ਸੋਨੇ ਦੀ ਰਹੂਗਾ। ਇਹਨੂੰ ਰਾਜਨੀਤਿਕ ਲੋਕਾਂ ਨੇ ਆਪਣੀ ਲੋੜ ਅਨੁਸਾਰ ਇਸ ਚਿੜੀ ਦੇ ਫੰਗ ਪੱਟ ਕੇ ਆਪਣੇ ਘਰਾਂ ਨੂੰ ਲੈ ਗਏ, ਉਹਨਾਂ ਫੰਗਾਂ ਨਾਲ ਆਪ ਉਡਾਰੀਆਂ ਮਾਰਦੇ ਹੈ। ਪਰ ਜਿਹੜੀ ਸੋਨੇ ਦੀ ਚਿੜੀ ਕਹਾਉਂਦੀ ਸੀ ਅੱਜ ਉਹ ਉਡਾਰੀ ਮਾਰਨ ਤੋਂ ਮੁਥਾਜ ਹੋਈ ਖੜੀ ਹੈ। ਲੁਧਿਆਣਾ ਵਾਸੀਓ, ਸਾਡਾ ਲੁਧਿਆਣਾ ਮਾਨਚੈਸਟਰ ਆਫ ਹਿੰਦੁਸਤਾਨ, ਪੰਜਾਬ ਦੀ ਆਰਥਿਕ ਰਾਜਧਾਨੀ, ਪੰਜਾਬ ਦਾ
ਫੈਕਟਰੀਆਂ ਵਜੋਂ ਜਾਣਿਆ ਜਾਣ ਵਾਲਾ ਸ਼ਹਿਰ, ਪੰਜਾਬ ਦਾ ਇੰਡਸਟਰੀ ਵਜੋਂ ਜਾਣਿਆ ਜਾਣ ਵਾਲਾ ਸ਼ਹਿਰ, ਅਤੇ ਅੱਜ ਪੰਜਾਬ ਦੀ ਖਾਸ ਕਰਕੇ ਲੁਧਿਆਣੇ ਦੀ ਇੰਡਸਟਰੀ ਦਾ ਹਾਲ ਕੀ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ। ਸਰਕਾਰ ਆਉਂਦੀ ਹੈ, ਬਿਜਲੀ ਸਸਤੀ, ਫੈਕਟਰੀ ਰਾਜ ਤੋਂ ਸਮਾਪਤੀ, ਬੈਟਰ ਫੰਡ ਨਾਲ ਦੀ ਨਾਲ, ਅਤੇ ਤੁਸੀਂ ਮੈਨੂੰ ਦੱਸ ਦਿਓ ਵੀ ਅੱਜ ਤੱਕ ਸਰਕਾਰ ਨੇ ਕੋਈ ਵਚਨ ਆਪਣਾ ਪੂਰਾ ਕੀਤਾ ਹੋਵੇ, ਬਿਜਲੀ ਸਸਤੀ ਕੀਤੀ ਹੋਵੇ, ਇੰਸਪੈਕਟਰੀ ਰਾਜ ਤੋਂ ਮੁਕਤੀ ਮਿਲੀ ਹੋਵੇ, ਕੋਈ ਬੈਟਰ ਫੰਡ ਤੁਹਾਨੂੰ ਸਮੇਂ ਸਿਰ ਮਿਲਿਆ ਹੋਵੇ, ਪੋਲਿਊਸ਼ਨ ਬੋਰਡ, ਬਿਜਲੀ ਬੋਰਡ, ਸੇਲ ਟੈਕਸ ਮਹਿਕਮਾ, ਜੋਕਾਂ ਚਿੰਬੜੀਆਂ ਹੋਈਆਂ ਨੇ ਇੰਡਸਟਰੀਲਿਸਟਾਂ ਨੂੰ, ਅਤੇ ਹਰ ਸਰਕਾਰ ਇੰਡਸਟਰੀਲਿਸਟ ਨੂੰ ਚੋਰ ਕਹਿ ਕੇ ਗਰਦਾਨਦੀ ਹੈ। ਅਸੀਂ ਚੋਰ ਨਹੀਂ, ਲੁਧਿਆਣਾ ਦਾ ਇੰਡਸਟਰੀਲਿਸਟ ਚੋਰ ਨਹੀਂ, ਦੇਸ਼ ਭਗਤ ਹੈ, ਜਿਹੜਾ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚ ਸਭ ਤੋਂ ਵੱਡਾ ਰੈਵਨਿਊ ਦਿੰਦਾ, ਅਤੇ ਰੈਵਨਿਊ ਦੇਣ ਦੇ ਬਾਵਜੂਦ ਵੀ ਟੈਕਸ ਕੀ ਲਾਉਂਦੀ ਹੈ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਵਾਸਤੇ, ਵੀ ਇੰਡਸਟਰੀਲਿਸਟ ਚੋਰ। ਦੋਸਤੋ, ਅਸੀਂ ਲੁਧਿਆਣੇ ਦਾ ਇੰਡਸਟਰੀਲਿਸਟ ਚੋਰ ਨਹੀਂ, ਲੁਧਿਆਣੇ ਦਾ ਇੰਡਸਟਰੀਲਿਸਟ ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲਾ, ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਟੈਕਸ ਲੁਧਿਆਣੇ ਦਾ ਇੰਡਸਟਰੀਲਿਸਟ ਦਿੰਦਾ, ਅਤੇ ਉਹਦੇ ਬਦਲੇ ਦੇ ਵਿੱਚ ਮਿਲਦਾ ਕੀ ਹੈ, ਜਲਾਲਤ। ਉਹਦੇ ਬਦਲੇ ਦੇ ਵਿੱਚ ਮਿਲਦਾ ਸਰਕਾਰੀ ਅਫਸਰਾਂ ਦੇ ਤਬਕੇ, ਉਹਦੇ ਬਦਲੇ 'ਚ ਮਿਲਦੇ ਆ ਕਿ ਅਸੀਂ ਰਿਸ਼ਵਤ ਦੇ ਕੇ ਆਪਣਾ ਹਰ ਕੰਮ ਕਰਵਾਵਾਂਗੇ। ਸੋ ਇਹ ਸਿਸਟਮ ਕਦੋਂ ਤਬਦੀਲ ਕਰਾਂਗੇ? ਅੱਜ ਜ਼ਰੂਰਤ ਹੈ ਇਸ ਸਿਸਟਮ ਨੂੰ ਤਬਦੀਲ ਕਰਨ ਦਾ ਮੌਕਾ, ਜ਼ਰੂਰਤ ਹੈ ਕਿ ਇਕੱਠੇ ਹੋ ਕੇ ਹਮਲਾ ਮਾਰ। ਪੰਜਾਬ ਦਾ ਕਿਸਾਨ ਜਿਹੜਾ ਪੂਰੀ ਦੁਨੀਆ ਦੇ ਵਿੱਚ ਆਪਣੇ ਮਿਹਨਤ ਕਰਕੇ ਪਛਾਣਿਆ ਜਾਂਦਾ, ਪੰਜਾਬ ਦਾ ਉਹ ਕਿਸਾਨ ਜਦੋਂ ਸਾਨੂੰ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਅਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਅਨਾਜ ਨਹੀਂ ਸੀ ਸਾਡੇ ਕੋਲ, ਪੰਜਾਬ ਦੇ ਕਿਸਾਨ ਨੇ ਪੂਰੇ ਹਿੰਦੁਸਤਾਨੀਆਂ ਦਾ ਢਿੱਡ ਭਰਿਆ ਸਖ਼ਤ ਮਿਹਨਤ ਕਰਕੇ, ਗਰਮੀ ਸਰਦੀ ਦੀ ਪਰਵਾਹ ਨਹੀਂ, ਦਿਨ ਰਾਤ ਦੀ ਪਰਵਾਹ ਨਹੀਂ, ਮੀਂਹ ਹਨੇਰੀ ਧੁੱਪ ਦੀ ਪਰਵਾਹ ਨਹੀਂ, ਗਰਮੀ ਅਤੇ ਸਰਦੀ ਦੀ ਪਰਵਾਹ ਨਹੀਂ, ਅਤੇ ਅੱਜ ਉਹੀ ਪੰਜਾਬ ਦਾ ਕਿਸਾਨ 1,00,000 ਕਰੋੜ ਰੁਪਈਏ ਦੇ ਕਰੀਬ ਕਰਜ਼ਾਈਆ, ਅਤੇ ਸਮੇਂ ਦੀਆਂ ਹਕੂਮਤਾਂ, ਸਮੇਂ ਦੀਆਂ ਵੱਡੀਆਂ ਪਾਰਟੀਆਂ ਵੋਟਾਂ ਲੈਣ ਵਾਸਤੇ ਕਿਸਾਨਾਂ ਨੂੰ ਲੋਲੀਪੋਪ ਦਿੰਦੇ ਆ ਕਰਜ਼ਾ ਮਾਫ਼ੀ ਦੇ ਨਾਮ ਦੇ ਉੱਤੇ, ਅਤੇ ਕਰਜ਼ਾ ਮਾਫ਼ੀ ਦੇ ਨਾਮ ਦੇ ਉੱਤੇ ਕਿਸਾਨ ਕਰਜ਼ਾ ਮਾਫ਼ੀ ਉਡੀਕਦੇ ਗਲ ਦੇ ਵਿੱਚ ਰੱਸੀ ਪਾ ਕੇ, ਸਰਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆਵਾਂ ਕਰ ਰਿਹਾ। ਕਿੱਥੇ ਆ ਸਰਕਾਰ ਦੇ ਵਾਅਦੇ? ਕਿੱਥੇ ਆ ਸਰਕਾਰ ਦੇ ਚੋਣ ਮੈਨੀਫੈਸਟੋ, ਪਾਰਟੀਆਂ ਦੇ ਚੋਣ ਮੈਨੀਫੈਸਟੋ ਕਿੱਥੇ ਹੈ ਜਿਹਦੇ ਵਿੱਚ ਕਿਸਾਨ, ਦਲਿਤ, ਮਜ਼ਦੂਰ ਕਰਜ਼ਾ ਮੁਕਤ ਕਰਨ ਦੀਆਂ ਸਹੁੰਆਂ ਖਾਧੀਆਂ ਗਈਆਂ ਸੀ? ਸੋ ਦੋਸਤੋ, ਇਸ ਬੇਈਮਾਨ ਸਿਸਟਮ ਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ, ਇਸ ਬੇਈਮਾਨ ਸਿਸਟਮ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਇਕੱਠੇ ਹੋਣਾ ਪੈਣਾ ਸਰ। ਜੋ ਚੋਣ ਮੈਨੀਫੈਸਟੋ ਦੇ ਵਿੱਚ ਆਵੇ ਅਤੇ ਉਹ ਪਾਰਟੀ ਸਰਕਾਰ ਹਕੂਮਤ ਬਣਾਉਣ ਤੋਂ ਬਾਅਦ ਉਹਦੇ ਉੱਤੇ ਅਮਲ ਕਰੇ। ਪੰਜਾਬੀ ਵੀਰੋ, ਆਓ ਰਲ ਕੇ ਇੱਕ ਵਾਰੀ ਫਿਰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਈਏ, ਅਤੇ ਇੱਕ ਨਵੀਂ ਸੋਚ, ਇੱਕ ਨਵੀਂ ਸਵੇਰ, ਇੱਕ ਨਵੇਂ ਪੰਜਾਬ ਦਾ ਸੁਪਨਾ ਸਾਕਾਰ ਲਈ ਇਕੱਠੇ ਹੋ ਕੇ ਇੱਕਜੁੱਟ ਹੰਬਲਾ ਮਾਰੀਏ। ਧੰਨਵਾਦ। ਕਦੇ ਕੋਈ ਕੰਮ ਬਿਨਾਂ ਪੈਸਿਆਂ ਤੋਂ ਕਰਾਇਆ? ਨਗਰ ਨਿਗਮ ਦੇ ਚਾਰੇ ਦੋਨਾਂ ਦੇ ਵਿੱਚੋਂ, ਅਤੇ ਲੋਕ ਇਨਸਾਫ ਪਾਰਟੀ ਦੀ ਤੁਹਾਡੇ ਨਾਲ ਇਹ ਪ੍ਰਤੀਬੱਧ ਵਚਨ ਆ ਤੁਹਾਡੇ ਕਿ ਤੁਸੀਂ ਨਗਰ ਨਿਗਮ ਲੁਧਿਆਣਾ ਸੱਚਾਈ ਦਾ ਝੰਡਾ ਬੁਲੰਦ ਕਰ ਦਿਓ ਨਗਰ ਨਿਗਮ ਲੁਧਿਆਣਾ ਦੇ ਉੱਤੇ। ਤੁਹਾਡੇ ਨਾਲ ਵਚਨ ਅਤੇ ਵਾਅਦਾ ਕਿ ਨਗਰ ਨਿਗਮ ਦੇ ਵਿੱਚੋਂ ਕਰਪਸ਼ਨ ਨੂੰ ਸਮਾਪਤ ਕਰਨਾ ਸਾਡੀ ਡਿਊਟੀ ਅਤੇ ਜ਼ਿੰਮੇਵਾਰੀ ਹੈ। ਦੋਸਤੋ, ਪਰਖਿਆਂ ਨੂੰ ਪਰਖਣ ਦੀ ਲੋੜ ਨਹੀਂ ਹੁੰਦੀ। ਅਸੀਂ ਉਹ ਲੋਕ ਹਾਂ ਜਿਨ੍ਹਾਂ ਵਾਸਤੇ ਰਾਜਨੀਤੀ ਧੰਦਾ ਨਹੀਂ, ਦੇਸ਼ ਭਗਤੀ ਹੈ। ਅਸੀਂ ਉਹ ਹਾਂ ਜਿਹੜੇ ਬੇਈਮਾਨਾ ਕਰਪਟ ਸਿਸਟਮ ਦੇ ਖਿਲਾਫ ਸੰਘਰਸ਼ਸ਼ੀਲ ਰਹੇ ਹਾਂ ਤੁਹਾਡੀ ਸਪੋਰਟ ਅਤੇ ਦੁਆਵਾਂ ਸਦ। ਨਗਰ ਨਿਗਮ ਦੇ ਵਿੱਚ ਸਾਲਾਨਾ 700 ਕਰੋੜ ਰੁਪਈਏ ਦੇ ਕਰੀਬ ਗਬਨ ਮਾਫੀਆ ਬਣਿਆ, ਕੋਈ ਐਡਵਰਟੀਜ਼ਮੈਂਟ ਮਾਫੀਆ, ਕੋਈ ਮੈਂਟੇਨੈਂਸ ਦੇ ਨਾਮ ਦੇ ਉੱਤੇ ਮਾਫੀਆ, ਨਗਰ ਨਿਗਮ ਦੇ ਵਿੱਚ ਮਾਫੀਆ ਬਣੇ ਹੋਏ ਆ। ਤਕਰੀਬਨ 700 ਕਰੋੜ ਰੁਪਏ ਦਾ ਸਾਲਾਨਾ ਚੋਣਾ, ਜੇ ਚਾਹੁੰਦੇ ਹੋ ਨਾ ਵੀ ਇਹ ਬੰਦ ਕਰਨਾ, ਅਤੇ ਜਿਹੜੇ ਰਵਾਇਤੀ ਪੋਲੀਟਿਕਸ ਕਰਨ ਵਾਲੇ ਲੀਡਰ ਨੇ ਉਹਨਾਂ ਨੂੰ ਸਵਾਲ ਕਰੋ ਕਿ 1947 ਤੋਂ ਲੈ ਕੇ ਅੱਜ ਤੱਕ, ਜਾਂ ਜਦੋਂ ਤੋਂ ਨਗਰ ਨਿਗਮ ਹੋਣ ਦੇ ਵਿੱਚ ਆਇਆ ਉਦੋਂ ਤੋਂ ਅੱਜ ਤੱਕ ਤੁਸੀਂ ਸਾਡੇ ਸ਼ਹਿਰ ਨੂੰ ਦਿੱਤਾ ਕੀ ਹੈ, ਤੁਸੀਂ ਸਾਡੇ ਸ਼ਹਿਰ ਦੇ ਵਾਸਤੇ ਕੀਤਾ ਕੀ? ਤੁਸੀਂ ਕੋਈ ਕੰਮ ਕਰਾਉਣ ਜਾਣਾ ਹੋਵੇ ਨਗਰ ਨਿਗਮ ਦੇ ਵਿੱਚੋਂ, ਕੋਈ ਨਕਸ਼ਾ ਪਾਸ ਕਰਾਉਣਾ, ਤੁਸੀਂ ਕੋਈ DS1 ਲੈਣਾ, ਤੁਸੀਂ ਕੋਈ ਪਾਣੀ ਸੀਵਰ ਦਾ ਕੰਮ ਹੈ, ਕੋਈ ਤੁਸੀਂ NOC ਲੈਣੀ ਹੈ, ਕਦੇ ਤੁਹਾਡਾ ਕੰਮ ਬਿਨਾਂ ਰਿਸ਼ਵਤ ਤੋਂ ਕੀਤਾ ਕਿਸੇ ਅਫਸਰ ਨੇ? ਅਤੇ ਰਿਸ਼ਵਤ ਨੂੰ ਨੱਥ ਪਾਉਣ ਦੀ ਡਿਊਟੀ ਕਿਹਦੀ ਹੈ? ਆਹ ਤੁਹਾਡੇ ਕੋਲ ਰਵਾਇਤੀ ਪਾਰਟੀਆਂ ਵਾਲੇ ਆਉਣਗੇ, ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਅਸੀਂ ਲੰਬਾ ਸਮਾਂ ਨਗਰ ਨਿਗਮ ਦੀ ਜ਼ਿੰਮੇਵਾਰੀ ਦਿੱਤੀ ਹੈ, ਅਤੇ ਤੁਸੀਂ ਇਸ ਕਰਪਸ਼ਨ ਨੂੰ ਨੱਥ ਕਿਉਂ ਨਹੀਂ ਪਾਈ? ਅਤੇ
ਦੋਸਤੋ ਤੁਹਾਡੇ ਨਾਲ ਵਚਨ ਹੈ ਪਰਖਿਆ ਨੂੰ ਪਰਖਣ ਦੀ ਜ਼ਰੂਰਤ ਨਹੀਂ ਤੁਹਾਡੀ ਕਸਵੱਟੀ 'ਤੇ ਹਮੇਸ਼ਾ ਖਰੇ ਉਤਰਨ ਦਾ ਯਤਨ ਕੀਤਾ ਤੁਹਾਡੇ ਨਾਲ ਵਚਨ ਕਰਦਾ ਲੋਕ ਇਨਸਾਫ ਪਾਰਟੀ ਨਗਰ ਨਿਗਮ ਦੇ ਉੱਤੇ ਸੱਚਾਈ ਦਾ ਪਰਚਮ ਬੁਲੰਦ ਕਰੇਗੀ ਤੁਹਾਡੀ ਸਪੋਰਟ ਨਾਲ ਕਰਪਸ਼ਨ ਨੂੰ ਬੰਦ ਕਰਾਂਗੇ ਨਗਰ ਨਿਗਮ ਦੇ ਵਿੱਚ ਕਰਪਸ਼ਨ ਫਰੀ ਲੁਧਿਆਣਾ ਦਿਆਂਗੇ ਕਰਪਸ਼ਨ ਫਰੀ ਕਾਰਪੋਰੇਸ਼ਨ ਦਿਆਂਗੇ ਇਹ ਵਚਨ ਆ